ਕਿ ਸੇ ਦੀ ਸੇਲੀ ਆ ਆ 1000 ਡਾਲਰ ਦੀ ਰਿੰਗ ਗਿਫਟ ਕਰ ਸਕਦਾ ਵਾ ਜਿਹੜੀ ਨਹੀਂ ਆਉਂਦੇ ਜੀ ਵੀ ਬਈ ਸੇਲੀ ਆ ਉਹ ਉੱਥੋਂ ਮੋੜ ਕੇ ਲੈ ਗਿਆ ਜੀ ਕਿੱਥੇ ਕੰਮ ਕਰਦੇ ਬਾਈ ਜੀ ਮੈਂ ਨਗੜੀ ਦੇ ਭਾਂਡੇ ਮਾਂਜਦਾ ਜੀ ਤੇ ਆਪਣੀ ਅਰਨਿੰਗ ਦਿਖਾ ਦੇ ਅੱਜ ਫਿਰ ਉਸ ਓਹੋ ਲੋ ਜੀ ਪਹੁੰਚ ਗਏ ਆ ਕੋਸਕੋ ਤੇ ਆ ਕੋਸਕੋ ਦਾ ਗੈਸ ਸਟੇਸ਼ਨ ਤੇ ਉੱਧਰ ਕੋਸਕੋ ਦਾ ਕੀ ਉਹਨੂੰ ਕਹਿੰਦੇ ਆ ਹੋਲਸੇਲ ਹੈਨਾ ਕੋਸਕੋ ਹੀ ਆ ਜਿੱਥੇ ਗਰੋਸਰੀ ਮਿਲਦੀ ਆ ਉਹ ਸਾਹਮਣੇ ਆ ਬਿਜਲੀ ਤਾਂ ਹੁੰਦਾ ਪਹਿਲਾਂ ਪਾਉਂਦੇ ਆ ਗੈਸ ਵੀ ਨਾਲ ਦਿਖਾਉਂਦੇ ਆ ਵੀ ਪ੍ਰਾਈਸ ਕੀ ਚੱਲਦਾ ਤੌਰ 'ਤੇ ਕਿੰਨਾ 5 ਸੈਂਟ ਸਸਤਾ ਹੁੰਦਾ ਵਾ ਬਾਕੀ ਜੇ ਆਪਣੇ ਕੋਲ ਕੋਸਕੋ ਦਾ ਮਾਸਟਰ ਕਾਰਡ ਹੈਗਾ ਤਾਂ ਆ ਦੇਖੋ CIBC ਦਾ ਹੁੰਦਾ ਮਾਸਟਰ ਕਾਰਡ ਮਿਲਦਾ ਇੱਕ ਉਹ ਨਾਲ 3% ਕੈਸ਼ਬੈਕ ਹੋਰ ਮਿਲ ਜਾਂਦਾ ਵਾ ਮਤਲਬ ਦਸ 15 ਮਿੰਟਾਂ ਬਾਅਦ ਆ ਗਈ ਵਾੜੀ ਅਤੇ ਗੈਸ 5 ਸੈਂਟ ਘੱਟ ਹੈ ਇੱਥੇ ਮਤਲਬ ਇੱਥੇ 174 ਹੈ ਬਾਹਰ 187 ਲਓ ਜੀ ਕਾਰਡ ਕੂਡ ਚੱਕ ਲਿਆ ਆਪਾਂ ਸਾਰਾ ਕੁਝ ਪਹੁੰਚ ਗਏ ਹਾਂ ਕੋਸਕੋ ਫਾਈਨਲੀ ਅਤੇ ਦਿਖਾਉਂਦੇ ਹਾਂ ਜੀ ਕੋਸਕੋ ਆ ਇਲੈਕਟ੍ਰਿਕ ਪਾਰਟ ਆ ਗਿਆ ਠੀਕ ਹੈ ਇਲੈਕਟ੍ਰੋਨਿਕ ਪਾਰਟ ਓ ਐੱਲ ਈ ਡੀ ਹੋਈ ਹੈ ਨਾ ਇਹ ਕਿੰਨੇ ਦੀ ਆ $2000 ਦੀ ਆ ਉੱਪਰ ਵਾਲੀ 2000 ਦੀ ਲੱਗਦਾ 65 77 ਇੰਚ ਕਿੰਨੇ ਦੀ ਹੈ 4000 ਦੀ ਓਏ ਹਾਂ ਓਏ 4000 ਦੀ ਓ ਐੱਲ ਈ ਡੀ ਪਰ ਕਲੈਰਟੀ ਬਾਬੇ ਸਿਰਾ ਚੱਲ ਜੀ ਵੈਗਨ ਗਈ ਹੁਣੇ ਹੈ ਨਾ ਘੈਂਟ ਕੀ ਹੈ ਜੀ ਲੈ ਕੇ ਜਾਵਾਂਗੇ ਕਿਸੇ ਦਿਨ ਇਹਦਾ ਆਪਣਾ ਘਰ ਲਵਾਂਗੇ ਆ ਰਹੀ ਹੈ ਉਦੋਂ ਹੋਰ ਵੀ ਫੀਚਰ ਆ ਜਾਣਾ ਦੇਖੀ ਓਲਰੇਡੀ ਤੋਂ ਵੀ ਆਈ ਸਾਰੇ ਲੈਪਟੋਪ ਪਏ ਨੇ ਅਤੇ 2000 ਦਾ 1600 ਦਾ 1400 ਦਾ 1700 ਦਾ ਮਤਲਬ ਘੈਂਟ ਕੀ ਕਹਿੰਦਾ ਇੰਡੀਆ ਦਾ ਲੈਪਟੋਪ ਲੈ ਕੇ ਆਉਣਾ ਚਾਹੀਦਾ ਕਿ ਨਹੀਂ ਹੈ ਮਰਜ਼ੀ ਹੈ ਓਏ ਉਹ ਸਕੀਮ ਨਹੀਂ ਦੱਸਣੀ ਬਸ ਉਹ ਸਕੀਮ ਨੂੰ ਦੱਸਣੀ ਉਹ ਲੋਕਣ ਪਾ ਲਾ ਗਿਆ ਬਾਬੇ ਹੋਰ ਬਈ ਇੰਡੀਆ ਦਾ ਲੈਪਟੋਪ ਨਾ ਹੀ ਲੈ ਕੇ ਆਓ ਇੱਥੋਂ ਹਾਂ ਬਈ ਉਹ ਤਾਂ ਫਿਰ ਕੋਸਕੋ ਤੱਕ ਗੱਲ ਪਹੁੰਚ ਜਾਏਗੀ ਬਈ ਇੱਥੋਂ ਲੈਪਟੋਪ ਚੱਕੋ ਆਪਣਾ ਪਸੰਦ ਆਇਆ ਆਇਆ ਨਹੀਂ ਆਇਆ 3 ਮਹੀਨੇ ਬਾਅਦ ਮੋੜ ਜਾਓ ਕਿਉਂਕਿ ਜੇ ਤੁਸੀਂ ਇੰਡੀਆ ਤੋਂ ਲੈਪਟੋਪ ਲੈ ਕੇ ਆਓਗੇ ਤਾਂ ਤੁਹਾਨੂੰ ਉਹੀ ਯੂਜ਼ ਕਰਨਾ ਪਏਗਾ ਚਾਹੇ ਉਹ ਚੰਗਾ ਹੈ ਚਾਹੇ ਮਾੜਾ ਚਾਹੇ ਉਹਦੇ ਵਿੱਚ ਫੀਚਰ ਠੀਕ ਨੇ ਚਾਹੇ ਨਹੀਂ ਐਂਡ ਜੇ ਤੁਸੀਂ ਇੱਥੋਂ ਲੈਪਟੋਪ ਲੈਂਦੇ ਹੋ ਇਹਦਾ ਇਹ ਫਾਇਦਾ ਕਿ ਤੁਸੀਂ 3 ਮਹੀਨੇ ਪਹਿਲਾਂ ਰਿਟਰਨ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਪਸੰਦ ਆਇਆ ਤਾਂ ਉਹ ਸਿਰਫ ਰੀਜ਼ਨ ਪੁੱਛਦੇ ਨੇ ਹੋਰ ਕੁਛ ਨਹੀਂ ਤਾਂ ਤੁਸੀਂ ਈਜ਼ੀਲੀ ਰਿਟਰਨ ਕਰ ਸਕਦੇ ਹੋ ਜੇ ਆਪਾਂ ਦੂਜੇ ਸੈਕਸ਼ਨ ਵੱਲ ਚੱਲਦੇ ਹਾਂ ਤਾਂ ਇੱਧਰ ਆਈ ਜੀ ਸਾਰੇ ਆਈਫੋਨ ਦੇ ਪ੍ਰੋਡਕਟ ਅਤੇ ਸਭ ਤੋਂ ਪਹਿਲਾਂ ਆ ਜਾਂਦੇ ਜੀ ਆਹ ਟੈਬ ਵਗੈਰਾ ਠੀਕ ਹੈ ਜੇ ਜਿਹੜਾ ਆਹ ਟੈਬ ਹੈ ਇਹ ਜੀ ਪ੍ਰੋ ਹੈ ਅਤੇ ਦੇਖੋ ਮੁੰਡਾ ਕਿੱਦਾਂ ਹੈ ਗੇਮਿੰਗ ਸਿਸਟਮ ਪੂਰਾ ਅਤੇ ਵਧੀਆ ਆ ਸਮੂਥ ਆ ਦੇਖੋ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਨਾ ਸਮੂਥ ਹੈ ਫਿਊਚਰ 'ਚ ਸ਼ਾਇਦ ਲਈਏ ਅਸੀਂ ਵੀ ਪਰ ਪ੍ਰਾਈਸ ਬਹੁਤ ਜ਼ਿਆਦਾ ਦੇਖ ਤੁਸੀਂ ਦੇ ਸਕਦੇ ਹੋ ਕਿ 1200 ਦਾ ਵਾ ਕੁਛ ਅਤੇ ਇਹ ਮੈਨੂੰ ਲੱਗਦਾ 1200 ਦਾ ਨੋਨ ਪ੍ਰੋ ਮਾਡਲ ਹੋਏਗਾ ਮੈਨੂੰ ਲੱਗਦਾ ਪਰ ਇੱਧਰ ਜੇ ਆਪਾਂ ਆ ਜਾਂਦੇ ਹਾਂ ਇੱਧਰ ਸਾਰੇ ਏਅਰਫੋਨ ਹੈੱਡਫੋਨ ਪਏ ਨੇ ਅਤੇ ਮੈਂ ਵੀ ਇਹਨਾਂ 'ਚੋਂ ਲਿਆ ਸੀ ਅਤੇ ਮੈਂ ਆਹ ਬਾਏ ਕਰਿਆ ਸੀ ਪਰ ਵਧੀਆ ਨੇ ਚਾਹੇ ਜਿੱਦਾਂ ਮਰਜ਼ੀ ਯੂਜ਼ ਕਰੋ ਕੋਈ ਚੱਕਰ ਨਹੀਂ ਹੈ ਨਾ ਆਪਣੀ ਵਾਰੰਟੀ ਵੀ ਮਿਲਦੀ ਇਹਨਾਂ ਨਾਲ ਵਧੀਆ 3 ਮਹੀਨੇ ਪਹਿਲਾਂ ਇਹਨਾਂ 'ਚ ਵੀ ਸਾਰਿਆਂ 'ਚ 3 ਮਹੀਨੇ ਪਹਿਲਾਂ ਤੁਸੀਂ ਰਿਟਰਨ ਕਰ ਸਕਦੇ ਹੋ ਅਤੇ ਆਹ ਆ ਗਏ ਆਈਫੋਨ ਵਗੈਰਾ ਆਹ ਪ੍ਰੋ ਹੈ ਪ੍ਰੋ ਇਹ ਵੀ ਉਹ ਸੋਰੀ ਪਹਿਲਾਂ ਪ੍ਰੋ ਮੈਕਸ ਸੀ ਅਤੇ ਆਹ ਏਅਰ ਟੈਗ ਹੈ ਜੀ ਇਹ ਵੀ ਬੜਾ ਫਾਇਦੇ ਵਾਲੀ ਚੀਜ਼ ਹੈ ਅਤੇ ਅੱਗੇ ਚੀਜ਼ਾਂ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਆ ਗਿਆ ਜੀ ਆਹ ਆ ਗਿਆ ਘੜੀਆਂ ਇੱਕ ਮੈਂ ਵੀ ਬਾਏ ਕਰੀ ਹੋਈ ਹੈ ਪਰ ਘੜੀ ਇਹਨਾਂ ਵਿੱਚੋਂ ਹੀ ਰਿੰਗ ਰੂੰਗ
ਅੱਛਾ ਜੀ ਡਾਇਮੰਡ ਵਾਲਾ ਡਾਇਮੰਡ ਦੇ ਰਿੰਗ ਵਾਲਾ ਮੂੰਹ ਵੀ ਹੋਣਾ ਚਾਹੀਦਾ ਬਾਈ ਜੀ ਮੇਰਾ ਪਲੈਟੀਨਮ ਵਾਲਾ ਬ੍ਰੋ ਦੇਖੋ ਜੇ ਕਿਸੇ ਦੀ ਸਹੇਲੀ ਆ ਆ $1,000 ਦੀ ਰਿੰਗ ਗਿਫਟ ਕਰ ਸਕਦਾ ਵਾ ਜਿਹੜੀ ਪਿਓਰ ਡਾਇਮੰਡ ਦੀ ਵੀ ਨਹੀਂ ਹੈਗੀ ਪੂਰਾ ਨਹੀਂ ਹੋਣਾ ਡਾਇਮੰਡ ਹੈ ਨਾ ਪੂਰਾ ਇਹ ਪਰ ਇੱਕ ਆਹ ਪੂਰੇ ਵਾਲੀਆਂ ਆਹ ਜੇ ਪੂਰੇ ਆ ਬਾਈ ਪੂਰੇ ਵਾਲੀਆਂ ਵੀ ਹੈਗੀਆਂ ਚਾਰ ਸਾਢੇ ਤਿੰਨ ਹਜ਼ਾਰ ਦੀਆਂ ਆਹ $4,000 ਦੀਆਂ ਇਧਰ ਨਾ ਲੈ ਕੇ ਆਵੇ ਮਾਂ ਸਹੀ ਗੱਲ ਆ ਜੀ ਇਧਰ ਤਾਂ ਬਈ ਲੁੱਟਣ ਵਾਲੀ ਗੱਲ ਹੋ ਜਾਣਾ ਦੇਖੋ 14 ਕੈਰੇਟ ਗੋਲਡ ਹੈ 3,000 ਰੁਪਏ ਦਾ ਬਾ ਵਾਲੀਆਂ ਦੋ 24 ਕੈਰੇਟ ਨਾ 24 ਕੈਰੇਟ ਕੁੰਡਾ ਆਉਣ ਵਾਲੀ ਗੱਲ ਹੈ ਚਲੋ ਚੱਲੀਏ ਚੱਲ ਚੱਲ ਚੱਲੀਏ ਲਓ ਜੀ ਆਪਾਂ ਨੂੰ ਪਸੰਦ ਆ ਗਈ ਆ ਆਵਲੀ ਖਿੱਚਦੇ ਹਾਂ ਫੋਟੋ ਅਤੇ ਕਾਊਂਟਰ 'ਤੇ ਦਿਖਾਵਾਂਗੇ ਠੀਕ ਹੈ ਸਰਪ੍ਰਾਈਜ਼ ਹੈ ਆਪਣਾ ਹੀ ਵਰਿੰਦਰ ਲਈ ਕਿਉਂਕਿ ਉਹਨੂੰ ਮੈਂ ਦਿਖਾਈਆਂ ਸੀ ਉਹਨੂੰ ਮੈਂ ਕਿਹਾ ਬਈ ਮੈਨੂੰ ਕਿਹੜੀਆਂ ਮਤਲਬ ਮੈਂ ਘੜੀ ਲੈਣੀ ਆ ਬਈ ਕਿਹੜੀ ਲਵਾਂ ਤੈਨੂੰ ਕਿਹੜੀ ਘੈਂਟ ਲੱਗੀ ਆ ਹਾਂ ਪਹਿਲਾਂ ਤਾਂ ਕਹਿੰਦਾ ਸੀ ਬਈ ਮੈਨੂੰ ਦੂਜੇ ਪਟੇ ਵਾਲੀ ਨਹੀਂ ਪਸੰਦ ਫਿਰ ਉਹਨੂੰ ਮੈਂ ਇਹ ਜਿਤਾਉਣ ਲਈ ਕਿਹਾ ਕਿ ਬਈ ਨਹੀਂ ਮੈਂ ਲੈਣੀ ਹੈ ਕਿ ਬਈ ਕਿਹੜੀ ਲਵਾਂ ਕਹਿੰਦਾ ਬਈ ਦੇਖ ਲਾ ਕਹਿੰਦਾ ਮੈਨੂੰ ਆਹ ਘੈਂਟ ਲੱਗੀ ਕਹਿੰਦਾ ਮੇਰੇ ਕੋਲ ਇਹ ਨਾਲ ਦੀ ਸੀਗੀ ਅਤੇ ਖੋ ਗਈ ਮੈਂ ਚੱਲ ਠੀਕ ਹੈ ਬਰੋ ਖੋ ਗਈ ਤਾਂ ਤੈਨੂੰ ਇਹੀ ਲੈ ਦਾਂਗੇ ਮਤਲਬ ਕਿਹਾ ਤਾਂ ਨਹੀਂ ਆਪਣੇ ਮਨ 'ਚ ਸੋਚਿਆ ਮਤਲਬ ਅਤੇ ਘੜੀ ਲੈ ਲਈ ਹੈ ਆਪਣੇ ਕੋਲ ਤਾਂ ਬਾਈ ਅਮੀਰ ਬੰਦੇ ਅਸੀਂ ਤਾਂ ਐਪਲ ਵੋਚਾ ਰੱਖੀ ਦੀ ਆ ਬਾਈ ਇੱਦਾਂ ਨਿੱਕੀ ਮੋਟੀ ਚੀਜ਼ ਨਹੀਂ ਲਈ ਦੀ ਆਪਾਂ ਅਤੇ ਮੈਕ ਆਹ ਵੀ ਲਵਾਂਗੇ ਕਿਸੇ ਦਿਨ ਜੇ ਆਪਣਾ ਯੂਟਿਊਬ ਵਧੀਆ ਚੱਲਣ ਲੱਗ ਪਿਆ ਫਿਰ ਇੱਦਾਂ ਦੀ ਕੋਈ ਚੀਜ਼ ਸ਼ੈ ਜਿਹਨੂੰ ਆਪਾਂ ਕਹਿੰਦੇ ਹਾਂ ਲੈਣੀ ਪੈਣੀ ਹੈ ਫਿਲਹਾਲ ਲੈਪਟੋਪ ਨਾਲ ਕੰਮ ਚਲਾਵਾਂਗੇ ਆਹ ਦੇਖਣ ਦੀ ਲੋੜ ਨਹੀਂ ਆਪਣੇ ਕੋਲ ਲੱਗੀ ਹੋਈ ਪਹਿਲਾਂ ਹੀ ਚਲੋ ਚੱਲੀਏ ਲੈਣ ਬੜੀ ਤਕੜੀ ਆ ਬਾਈ 4:30 ਇੱਕ ਬੰਦੇ ਨੇ ਵੀ ਆਉਣਾ ਵਾ ਇੱਥੇ ਨਹੀਂ ਡੀਲਾ ਡੂਲਾ ਬਲੈਕ ਫਰਾਈਡੇ ਆਉਣ ਵਾਲਾ ਬਰੋ ਚੱਲ ਆਉਣ ਵਾਲਾ ਆਉਣ ਵਾਲਾ ਕਰਾ ਲਿਆ ਵੋਚ ਦਾ ਬਿੱਲ ਲੈਣ ਆਏ ਹਾਂ ਇੱਥੇ ਦਰਵਾਜ਼ੇ 'ਤੇ ਆਉਣਾ ਪੈਂਦਾ ਪਹਿਲਾਂ ਉੱਥੇ ਕੈਸ਼ ਆਊਟ ਕਰਾ ਕੇ ਇੱਥੇ ਦਰਵਾਜ਼ੇ 'ਚ ਆ ਕੇ ਇੱਕ ਵਾਰੀ ਨੋਕ ਕਰ ਦਿਓ ਊਂ ਖਲੋ ਜੋ ਆਪਣੇ ਆਪ ਕੋਈ ਨਾ ਕੋਈ ਆ ਜਾਂਦਾ ਵਾ ਅਤੇ ਵੋਚ ਨੂੰ ਬਿੱਲ ਦਿਖਾ ਕਰਕੇ ਆ ਗਏ ਗਰਮੀ ਬਹੁਤ ਹੈ ਵੀਰ ਜੀ ਗਰਮੀ ਬਹੁਤ ਹੈ ਕਨੇਡਾ 'ਚ ਵੀ ਠੀਕ ਹੈ ਜਿਹੜੇ ਕਹਿੰਦੇ ਆ ਵੀ ਕਨੇਡਾ ਇਕੱਲਾ ਠੰਡ ਹੀ ਠੰਡ ਹੈ ਦੱਸ ਦੇ ਇੱਕ ਵਾਰੀ ਜਸਪ੍ਰੀਤ ਗਰਮੀ ਬਹੁਤ ਹੈ ਜੀ ਕਿੰਨਾ ਡਿਗਰੀ ਟੈਂਪਰੇਚਰ ਵੀ ਦੱਸ ਦਿੰਦੇ ਹਾਂ ਉਹਨੇ ਕਿੰਨਾ ਬਾਹਰ ਹੈ ਠੀਕ ਹੈ ਜੀ ਅੱਜ ਉਵੇਂ ਹੀਟ ਵਾਰਨਿੰਗ ਹੈ ਅਤੇ ਹੁਣੇ ਦੱਸ ਦਿੰਦੇ ਹਾਂ ਤੁਹਾਨੂੰ ਟੈਂਪਰੇਚਰ ਵੀ ਬਾਹਰ ਦਾ ਲੈ ਬਈ 27 ਡਿਗਰੀ ਟੈਂਪਰੇਚਰ ਕਹਿਣ ਨੂੰ ਤਾਂ 27 ਹੈ ਪਰ ਗਰਮੀ ਬਹੁਤ ਹੈ ਹੀਟ ਵਾਰਨਿੰਗ ਵੀ ਲਿਖੀ ਆ ਦੇਖ ਲਓ ਜੀ ਦੇਖ ਲਓ ਹੀਟ ਵਾਰਨਿੰਗ ਬਸ ਦਿਖਣੀ ਨਹੀਂ ਨਾ ਟੇਢੀ ਦਿਖਣੀ ਹੈ ਇਹਦੇ ਵਿੱਚ ਅਤੇ ਲਿਖਿਆ ਜੀ ਹੀਟ ਵਾਰਨਿੰਗ ਅੰਟਿਲ 2:55 ਕਮਲ ਦੋ ਫੋਨ ਲੈ ਕੇ ਨੋਟਿਸ ਕਰਦਾ ਵਾ ਉਹ ਪਤਾ ਮੈਨੂੰ ਕਮਲ ਦਾ ਤੇ ਛੱਡ ਬਾਕੀ ਆਪਾਂ ਵੀ ਸਕਿੱਪ ਦੀ ਕਰਕੇ ਦਿਖਾ ਦਾਂਗੇ ਕਰੀ ਕਿੰਨੇ ਕੁ ਬਣਦੇ ਆ ਸਾਡੀ ਤਾਂ ਬਾਈ ਘੱਟ ਹੀ ਬਣਦੇ ਆ ਚਲੋ ਜੀ ਕਰ ਲਈਆਂ ਸ਼ੋਪਿੰਗਾਂ ਠੀਕ ਹੈ ਚੱਲੀਏ ਹੁਣ ਬਾਈ ਪਿੱਛੇ ਦੇਖ ਕੇ ਕਿਤੇ ਵੱਜ ਵੁੱਜ ਨਾ ਜਾਵੇ ਯਾਰ ਕੰਬਲ ਲੈ ਮੈਂ ਕਹਿੰਦਾ ਲੈ ਕੇ ਦੇਖ ਲੈਂਦੇ ਆਪਾਂ ਕੰਬਲ ਲੈ ਆ ਗਰਮੀ ਬਹੁਤ ਹੈ ਵੀਰ ਜੀ ਗਰਮੀ ਬਹੁਤ ਹੈ ਸਾਰਾ ਏਸੀ ਚੱਕਦਾ ਚਲੋ ਠੀਕ ਹੈ ਜੀ ਮਿਲਦੇ ਹਾਂ ਬਾਕੀ ਬਾਅਦ 'ਚ ਟਾਈਮ ਹੋ ਗਿਆ ਵਾ ਠੀਕ ਹੈ ਸਵੇਰ ਦਿਨੇ ਤੁਹਾਨੂੰ ਜਿੱਦਾਂ ਪਤਾ ਆਪਾਂ ਕੋਸਕੋ ਗਏ ਸੀ ਕੋਸਕੋ ਤੋਂ ਥੋੜ੍ਹੀ ਬਹੁਤੀ ਸ਼ੋਪਿੰਗ ਜੀ ਕਰਕੇ ਲੈ ਕੇ ਆਏ ਅਤੇ ਥੋੜ੍ਹੇ ਜਿਹੇ ਪਲੈਨ ਦੇ ਵਿੱਚ ਚੇਂਜਸ ਹੋ ਗਏ ਸੀ ਵੇ ਉਹ ਤੁਹਾਨੂੰ ਮੈਂ ਬਾਅਦ ਦੱਸਦਾ ਪਰ ਮੇਨ ਗੱਲ ਇਹ ਆ ਵੀ ਅਸੀਂ ਆਏ ਹਾਂ ਕੇਕ ਲੈਣ ਔਡਰ ਕੀਤਾ ਸੀ ਵਰਿੰਦਰ ਦਾ ਅਤੇ ਹੁਣ ਅਸੀਂ ਚੱਕਣ ਆਏ ਹਾਂ ਅਤੇ ਕੇਕ ਚੱਕ ਲਿਆ ਅਤੇ ਕੇਕ ਚੱਕ ਕੇ ਕੇਕ ਦੀ ਦਿਖਾਉਣਾ ਕਿੱਦਾਂ ਦੀ ਆਈ ਆ ਆਪਾਂ ਚੱਕਣੇ ਆ ਜੀ ਪੀਜੇ ਅਤੇ ਪੀਜੇ ਚੱਕ ਕੇ ਸਿੱਧਾ ਆਪਾਂ ਕੂਚ ਕਰਨੀ ਹੈ ਵਰਿੰਦਰ ਵੱਲ ਅਤੇ ਹਜੇ ਸਾਡੇ ਸਾਰੇ ਜਾਣੇ ਆਏ ਨਹੀਂ ਹੈ ਅਤੇ ਬੇਸਿਕਲੀ ਪਲੈਨ 'ਚ ਚੇਂਜ ਇਹ ਹੋਇਆ ਅਸੀਂ ਜ਼ਿਆਦਾਤਰ ਘਰ ਬਣਾ ਕੇ ਖਾਂਦੇ ਹਾਂ ਬਾਹਰ ਦੀਆਂ ਚੀਜ਼ਾਂ ਨਹੀਂ ਮੰਗਾਉਂਦੇ ਕਿਸੇ ਵੀ ਜਨਮ ਦਿਨ ਦੇ ਉੱਤੇ ਅਤੇ ਅਸੀਂ ਵਧੀਆ ਤਰੀਕੇ ਨਾਲ ਖਾਂਦੇ ਹਾਂ ਪਰ ਹੋ ਇੱਦਾਂ ਗਿਆ ਕਿ ਕੋਈ ਅਵੇਲੇਬਲ ਹੀ ਨਹੀਂ ਸੀ ਸਾਰਿਆਂ ਦੀ ਸ਼ਿਫਟਾਂ ਸੀਗੀਆਂ ਮੈਂ ਅਤੇ ਵਰਿੰਦਰ ਹੀ ਵਿਹਲੇ ਸੀ ਅਤੇ ਸਾਨੂੰ ਕੋਈ ਬਣਾਉਣਾ ਨਹੀਂ ਹੁੰਦਾ
ਤਾਂ ਕਰਕੇ ਫਿਰ ਅਸੀਂ ਪਲਾਨ ਕੀਤਾ ਕਿ ਬਈ ਅੱਜ ਚੱਲ ਪੀਜੇ ਮੰਗਾ ਲਿੱਤੇ ਜਾਣ। ਹਾਂਜੀ ਪੀਜੇ ਚੱਕ ਲਿਆ, ਹੁਣ ਚੱਲਦੇ ਹਾਂ ਜੀ ਆਪਾਂ ਘਰ ਵੱਲ ਅਤੇ ਦਿਖਾਉਂਦੇ ਹਾਂ ਮੋਲ ਚਾਲ। ਅੱਜ ਤਾਂ ਵੈਸੇ ਜ਼ਿਆਦਾ ਮੋਲ ਚਾਲ ਨਹੀਂ ਹੈਗਾ, ਪਹਿਲਾਂ ਜ਼ਿਆਦਾ ਹੁੰਦਾ ਸੀ ਕਿਉਂਕਿ ਸਾਰੇ ਕੰਮਾਂ ਕਾਰਾਂ ਜੀ ਸਾਰਿਆਂ ਦੀ ਸ਼ਿਫਟਾਂ ਸੀ ਅਤੇ ਉਹ ਲਾਈਟ ਬੰਦ ਹੋ ਗਈ ਅਤੇ ਕੰਮਾਂ ਕਾਰ 'ਚ ਹੋਣ ਕਰਕੇ ਨਾ ਅਸੀਂ ਘਰ ਦਾ ਖਾਣਾ ਬਣਾਇਆ ਅਤੇ ਬਸ ਐਂ ਹੀ ਹੈ ਜੀ। ਪਰ ਚਲੋ ਜਿੱਦਾਂ ਵੀ ਆ, ਜਨਮ ਦਿਨ ਤਾਂ ਮਨਾਇਆ ਗਿਆ ਬੰਦੇ ਦਾ, ਮਤਲਬ ਮਨਾਇਆ ਜਾਏਗਾ। ਕਮਲ ਕਰਦੇ ਰਿਵੀਲ ਅੱਜ ਇਨਕਮ, ਅੱਜ ਸ਼ਿਫਟ ਲਾ ਗਏ ਓਵਰ ਟਾਈਮ। ਲਓ ਵੀ ਆਪਣਾ ਬੰਦਾ ਇੱਕ ਹੋਰ ਆ ਗਿਆ, ਇੰਟਰਵਿਊ ਦਿਓ ਜੀ ਬਾਈ ਆਪਣੀ। ਕੀ ਨਾਂ ਤੁਹਾਡਾ? ਦਿਲਪ੍ਰੀਤ ਆ ਜੀ ਮੇਰਾ ਨਾਂ। ਕੀ ਕਰਦੇ ਬਾਈ ਇੱਥੇ? ਇੱਥੇ ਮੈਂ ਆਪਣੇ ਯਾਰ ਮਿੱਤਰ ਦੀ ਜਾਣਦੇ ਤੇ ਆ। ਅੱਛਾ, ਕਿਹੜੇ ਯਾਰ ਮਿੱਤਰ ਦੇ? ਆ ਵਰਿੰਦਰ ਮੇਰਾ ਯਾਰ ਮਿੱਤਰ। ਠੀਕ ਆ ਜੀ, ਕਿੱਥੇ ਕੰਮ ਕਰਦੇ ਬਾਈ ਜੀ? ਮੈਂ ਮਗੜੀ ਦੇ ਭਾਂਡੇ ਮਾਂਜਦਾ ਜੀ। ਕੀ ਗੱਲ ਆ ਮੇਰੀ ਦਾਤੀ? ਆ ਜੀ ਬਾਈ, ਹੁਣ ਭਾਂਡੇ ਮਾਂਜ ਕੇ ਆ ਰਿਹਾ ਬਾਈ? ਬਿਲਕੁਲ ਜੀ ਬਿਲਕੁਲ, ਆ ਪਿੰਡ ਗਿੱਲੀ ਆ ਮੇਰੀ। ਸ਼ਿਰਾ ਇੱਥੋਂ ਕਿੱਥੋਂ ਭਾਂਡੇ ਮਾਂਜ ਬਾਈ? ਮਾੜਾ ਗੱਡੀ ਦੀਆਂ ਆਪਣੀਆਂ ਦੇ ਦਿਓ ਵੀ, ਵਿਸਤਾਰ ਨਾਲ ਦੱਸੋ ਪਹਿਲਾਂ ਪਹਿਲਾਂ ਕਿਹੜੀ ਗੱਡੀ ਸੀ, ਹੁਣ ਕਿਹੜੀ ਲਈ ਆ? ਪਹਿਲਾਂ ਜੀ ਫੋਰਡ ਸੀ ਜੀ, ਉਹ ਫੋਰਡ ਦੀ ਹੋਈ ਮੇਰੇ ਤੋਂ। ਹਾਂ, ਫੇਰ ਬਾਅਦ ਚੋਂ ਟੋਇਟਾ ਆ ਗਈ, ਹੁਣ ਠੀਕ ਆ ਜੀ। ਟੋਇਟਾ ਕਿਹੜੀ ਬਾਈ? ਕਰੋਲਾ ਜੀ। ਹਾਈਬ੍ਰਿਡ? ਨਾ ਜੀ, ਉਹੀ ਗਲਤੀ ਕਰਤੀ। ਠੀਕ ਆ ਜੀ ਬਾਈ, ਇਹ ਬੰਦਾ ਆਪਣਾ ਇੱਕ ਹੋਰ ਨਵਾਂ ਸ਼ਾਮਲ ਹੋ ਗਿਆ। ਕਿਉਂ ਬਾਈ ਜੀ, ਸਹੀ ਗੱਲ ਹੈ ਕਿ ਨਹੀਂ? ਜੀ ਹੋ ਗਿਆ ਨਹੀਂ ਆਪਣਾ ਬਾਈ, ਹੋ ਗਿਆ ਕਿ ਸ਼ਾਮਲ? ਹੋ ਗਿਆ ਜੀ, ਹੋ ਗਿਆ। ਬਸ ਕਰ ਹੁਣ ਬਲੌਗ ਨੂੰ ਬਾਈ। ਬਲੌਗ ਕਿਹੜਾ? ਮੋਮ ਡਿੱਗਣ ਦਿਆ ਵਾ ਸੁੱਤਾ ਉੱਠ ਕੇ ਆ ਗਿਆ ਟਾਈਮ ਲਾ ਕੇ ਦੇਖ ਲੋ, ਦੇਖ ਲੋ ਜੀ ਚਲੋ ਕੋਈ ਨਾ, ਮੰਨਿਆ ਗਿਆ। ਕੱਟਦੇ ਕੱਟਦੇ myself wondering, what did happen to the last 10? I ran away with my life, fast forward, never turned back again. It's kind of funny that the more we pass time, the more we need to set them rewind. And 19 was the year I had to leave you, but now I'm seeing all the signs. Is this really happening? I can't believe it's true, I'm just as surprised as you. ਗੱਲਾਂ ਬਾਤਾਂ ਮਾਰ ਕੇ ਹੋ ਗਿਆ, ਹੋ ਗਿਆ ਬਈ ਗੱਲਾਂ ਬਾਤਾਂ ਮਾਰ ਕੇ ਹੋ ਗਏ ਵਿਹਲੇ, ਖਾ ਪੀ ਲਿਆ, ਰਸ ਰੁਸਮ ਲਾਈ, ਸਾਰਾ ਕੁਝ। ਚੱਲ ਚੱਲੀਏ ਹੁਣ, ਸੋ ਗੁੱਡ ਨਾਈਟ ਡਾਰਲਿੰਗ।
ਚਲੋ ਚੱਲੀਏ ਠੀਕ ਆ ਬਾਈ ਜੀ ਨਹੀਂ ਉਬਰ ਬਣੀ ਜਾਂਦੀ ਹੈ ਉਬਰ ਦਿਖਾ ਦੇ ਆਪਣੀ ਅਰਨਿੰਗ ਦਿਖਾ ਦੇ ਅੱਜ ਫਿਰ ਉਸ ਨਹੀਂ ਵਾਲਟ ਤੇ ਜਾ ਕੇ ਅਰਨਿੰਗ ਦਿਖਾ ਨਾ ਕਰਦੇ ਕਿੰਨੀ ਸੈਲਰੀ ਅੱਜ ਲਈ ਆ ਕੱਲ ਕਰਦੇ ਸਕਿਪ ਚੋਬਰ ਨੂੰ ਆਪਾਂ ਗਿਫਟ ਦੇਤਾ ਕਿਹੜਾ ਦਿੱਤਾ ਦੇਖ ਲੋ ਜੀ ਟੋਮੀ ਕਹਿੰਦੇ ਮੁੰਡੇ ਨੂੰ ਟੋਮੀ ਗਿਫਟ ਮਿਲ ਗਿਆ ਦੇਖ ਡੈਡੀ ਡਾਸ ਵਾਲੇ ਨੂੰ ਟੋਮੀ ਗਿਫਟ ਮਿਲ ਗਿਆ ਚਲੋ ਠੀਕ ਹੈ ਜੀ ਓਕੇ ਚਲੋ ਠੀਕ ਆ ਬਾਈ ਜੀ ਓਕੇ ਧੰਨਵਾਦ ਚਲੋ ਠੀਕ ਆ ਬਾਈ ਜੀ ਓਕੇ ਠੀਕ ਆ ਓਕੇ ਬ੍ਰੋ ਮਿਲਦੇ ਹਾਂ ਓਕੇ ਚਲੋ ਜੀ ਚਲੋ ਓਕੇ ਚਲੋ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵਲੋਗ ਵਿੱਚ ਇੰਨਾ ਹੀ ਬਾਕੀ ਕਰਦੇ ਬਾਅਦ ਗੱਲਾਂ